ਵੈਲਕਮ ਬੈਕ ਔਨ ਜੀਓ ਕੈਨੇਡਾ। ਅਸੀਂ ਹਾਂ ਗੁਰੂ ਘਰ ਵਿੱਚ, ਗੁਰੂ ਘਰ ਦੇ ਲੰਗਰ ਨੂੰ ਦੇਖ ਸਕਦੇ ਹੋ। ਸੇਵਾ ਹੁੰਦੀ ਹੋਈ ਇੱਥੇ, ਸਾਡੇ ਵੀਰ ਸੱਜਣ ਕਰਦੇ ਪਏ, ਦਿੱਲੀ ਧੰਨਵਾਦ ਸਾਰਿਆਂ ਦਾ। ਫਿਰ ਤੋਂ ਸ਼ਾਮ ਤੱਕ ਇੱਥੇ ਗੁਰੂ ਦਾ ਲੰਗਰ ਅਟੁੱਟ ਵਰਤਦਾ ਹੈ, ਕੋਈ ਵੀ ਇੱਥੇ ਆ ਕੇ ਗੁਰੂ ਦਾ ਲੰਗਰ ਛਕ ਸਕਦਾ ਹੈ। ਸਾਰਿਆਂ ਦਾ ਹੀ ਸਵਾਗਤ ਹੈ ਜੀ ਆਇਆਂ ਨੂੰ, ਔਰ ਸਪੈਸ਼ਲ ਥੈਂਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦਾ ਬਹੁਤ ਹੀ ਅੱਛਾ ਇੰਤਜ਼ਾਮ ਹੈ ਇੱਥੇ। ਕੈਨੇਡਾ ਕੰਟਰੀ ਦਾ ਸਭ ਤੋਂ ਵੱਡਾ ਸਹਾਰਾ ਗੁਰੂ ਘਰ ਹੀ ਨੇ। ਅਗਰ ਇਹ ਗੁਰੂ ਘਰ ਨਾ ਹੋਣ ਤਾਂ ਸ਼ਾਇਦ ਸਾਡਾ ਲੋਕਾਂ ਦਾ ਵੀ ਦਿਲ ਇੱਥੇ ਨਾ ਲੱਗੇ। ਔਰ ਮੈਂ ਆਪਣੇ ਐਕਸਪੀਰੀਅੰਸ ਨਾਲ ਕਹਿ ਸਕਦਾ 100% ਗੱਲ ਹੈ ਬਿਲਕੁਲ ਠੀਕ ਹੈ। ਐਸਾ ਮਾਹੌਲ ਬਿਲਕੁਲ ਇੰਡੀਆ ਜੈਸਾ ਹੀ ਮਾਹੌਲ ਹੈ, ਆਪ ਨੂੰ ਲੱਗੇਗਾ ਨਹੀਂ ਆਪ ਕਿਸੇ ਕੈਨੇਡਾ ਕੰਟਰੀ ਦੇ ਗੁਰੂ ਘਰ 'ਚ ਹੋ ਜਾਂ ਕਿਸੇ ਇੰਡੀਆ ਦੇ ਗੁਰੂ ਘਰ 'ਚ ਹੋ। ਬਹੁਤ ਮਨ ਵੀ ਪ੍ਰਸੰਨ ਹੁੰਦਾ, ਔਰ ਸਾਨੂੰ ਦੇਖ ਸਕਦੇ ਹੋ ਲੰਗਰ ਹਾਲ। ਅਸੀਂ ਆ ਚੁੱਕੇ ਹਾਂ ਜੀ ਗੁਰੂ ਘਰ ਦੇ ਬਾਹਰ, ਜਿੱਥੇ ਦੇਖ ਸਕਦੇ ਹੋ ਆਪ ਅੱਜ ਕਿੰਨਾ ਵਧੀਆ ਮਾਹੌਲ ਇੱਥੇ ਦਾ, ਅੱਛੀ ਖਾਸੀ ਰੌਣਕਾਂ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ 555 ਸਾਲ ਵਾਲਾ, ਔਰ ਇਹਦੀ ਇੱਕ ਵੀਡੀਓ ਵੀ ਸਾਡੀ ਔਨ ਏਅਰ ਹੈ। ਡਿਸਕ੍ਰਿਪਸ਼ਨ ਦੇ ਲਿੰਕ, ਉਹਨੂੰ ਵੀ ਆਪ ਜ਼ਰੂਰ ਦੇਖੋ, ਪੂਰਾ ਅਸੀਂ ਵੀਡੀਓ ਨੂੰ ਕਵਰ ਕੀਤਾ ਹੈ। ਔਰ ਸਪੈਸ਼ਲ ਥੈਂਕਸ ਸਾਡੇ ਬੇਦੀ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਵਾਸਤੇ ਇਹ ਵੀਡੀਓ ਨੂੰ ਸ਼ੂਟ ਕਰ ਰਹੇ ਨੇ, ਦਿੱਲੀ ਧੰਨਵਾਦ ਇਹਨਾਂ ਦਾ। ਗੁਰੂ ਘਰ ਦੇ ਅੰਦਰ ਵੀ ਚੱਲਦੇ ਹਾਂ, ਕੀਰਤਨ ਵੀ ਸੁਣਾਂਗੇ, ਅਰਦਾਸ ਵੀ ਕਰਾਂਗੇ, ਮੰਗਾਂਗੇ ਸਰਬੱਤ ਦਾ ਭਲਾ। ਔਰ ਜੋ ਵੀ ਸਾਡੀ ਵੀਡੀਓ ਦੇਖ ਰਹੇ ਨੇ, ਵਾਹਿਗੁਰੂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਉਹਨਾਂ ਦੀ ਹਰ ਤਮੰਨਾ ਪੂਰੀ ਹੋਵੇ, ਦਿਲ ਤੋਂ ਦੁਆਉਣ ਸਾਰਿਆਂ ਵਾਸਤੇ। ਪਹਿਲਾਂ ਕਰਦੇ ਹਾਂ ਜੀ ਬੇਦੀ ਸਾਹਿਬ ਨਾਲ ਗੱਲ, ਫਿਰ ਚੱਲਦੇ ਹਾਂ ਗੁਰੂ ਘਰ ਵਿੱਚ, ਸੁਣਦੇ ਹਾਂ ਕੀਰਤਨ। ਹਾਂਜੀ ਵਾਹਿਗੁਰੂ ਜੀ, ਬਹੁਤ ਵਧੀਆ ਬਹੁਤ ਵਧੀਆ। ਬੇਦੀ ਸਾਹਿਬ ਗੁਰਪੁਰਬ ਤੇ ਵਾਹਿਗੁਰੂ ਕਿਰਪਾ ਹੈ, ਨਾਨਕ ਦੇਵ ਜੀ ਦੀ ਕਿਰਪਾ ਹੈ। ਦੇਖੋ ਸੱਤ ਸਮੁੰਦਰ ਬੈਠੇ ਹਾਂ ਪਾਰ, ਕਿੰਨੀ ਰੌਣਕਾਂ ਨੇ, ਲੱਗ ਰਿਹਾ ਤੁਹਾਨੂੰ ਇੰਡੀਆ ਹੋਏ ਕੈਨੇਡਾ 'ਚ? ਪਹਿਲਾਂ ਬੇਦੀ ਸਾਹਿਬ ਦੱਸੋ। ਹਾਂਜੀ ਬਿਲਕੁਲ ਲੱਗਦਾ ਕੋਈ ਨਾ ਜੀ ਨਾ, ਇੰਝ ਲੱਗਦਾ ਜਿਵੇਂ ਇੰਡੀਆ 'ਚ ਘੁੰਮਿਆ ਗੁਰੂ ਘਰ 'ਚ। ਸਾਰੇ ਆਪਣੇ ਚਿਹਰੇ, ਆਪਣੇ ਬੱਚੇ, ਆਪਣੇ ਭੈਣ ਭਰਾ ਸਾਰੇ ਵਧੀਆ। ਕਿਹੜਾ ਗੁਰਦੁਆਰਾ ਹੈ ਜੀ? ਗੁਰਦੁਆਰਾ ਸਿੱਖ ਸੰਗਤ ਰੀਗਨ ਰੋਡ ਬ੍ਰਹਮਟਨ। ਇੱਥੇ ਨੇੜੇ ਤੇੜੇ ਕਾਫੀ ਘਰ ਪੈਂਦੇ ਨੇ ਨਾ ਗੁਰਦੁਆਰਾ, ਇੱਥੋਂ ਜਿਹੜਾ ਦੂਜਾ ਕੋਈ ਗੁਰੂ ਘਰ ਹੈ ਉਹ ਘੱਟ ਤੋਂ ਘੱਟ 10 ਕਿਲੋਮੀਟਰ ਹੈ, ਅਤੇ ਇਸ ਲਈ ਗੁਰੂ ਘਰ ਅੱਛੀ ਇੱਥੇ ਰੌਣਕ ਰਹਿੰਦੀ ਹੈ, ਬੜਾ ਵਧੀਆ ਰਹਿੰਦਾ ਪ੍ਰੋਗਰਾਮ। ਅਜੇ ਤਾਂ ਬਸ ਸ਼ੁਰੂਆਤ ਹੋਈ ਹੈ, ਜਿਵੇਂ ਬੱਚੇ ਛੁੱਟੀਆਂ ਹੋਣੀਆਂ ਨੇ ਉਹ ਆਉਣਗੇ, ਅੱਛੀ ਰੌਣਕ ਵਧੇਗੀ ਇੱਥੇ। ਉਹ ਰਾਤੀ 10-11 ਦਾ ਲੱਗਾ ਰਹੇਗਾ ਪ੍ਰੋਗਰਾਮ, ਤਾਂ ਬੇਦੀ ਸਾਹਿਬ ਆਇਆਂ ਦਾ ਸ਼ੁਕਰੀਆ। ਨਗਰ ਕੀਰਤਨ ਹੁਣ ਨਹੀਂ, ਨਗਰ ਕੀਰਤਨ 7-8 ਹੁੰਦੇ ਨੇ, ਸਾਡੇ ਸਾਰੇ ਯੂਟਿਊਬ ਚੈਨਲ ਤੇ ਹੈਗੇ ਨੇ, ਕੋਸ਼ਿਸ਼ ਕਰ ਰਹੇ ਹਾਂ ਸਾਰੇ ਚੈਨਲ ਜਿੰਨੀਆਂ ਵੀ ਨਗਰ ਕੀਰਤਨ ਹੈਗੇ ਸਾਰੇ ਅਸੀਂ ਕਰਨੀਆਂ ਰਿਕਾਰਡ। ਉਹ ਪਿਛਲੇ 4 ਸਾਲ ਦੇ ਜਿੰਨੇ ਨਗਰ ਕੀਰਤਨ ਨੇ ਕਰੀਬ ਕਰੀਬ ਸਾਰੇ ਹੀ ਨੇ ਮੇਰੇ ਆਉਣ ਯੂਟਿਊਬ ਤੇ। ਬਾਕੀ ਕਿਉਂਕਿ ਠੰਡ ਹੈ ਤੇ ਇਸ ਲਈ ਨਹੀਂ ਕਰਦੇ, ਸਰੀ ਹੋਇਆ ਕਿਉਂਕਿ ਉੱਥੇ ਮੌਸਮ ਥੋੜ੍ਹਾ ਠੀਕ ਹੁੰਦਾ, ਇਸ ਲਈ ਇੱਥੇ ਠੰਡ ਜ਼ਿਆਦਾ ਤਾਂ ਨਹੀਂ ਕਰਦੇ। ਸਾਡੇ ਹਿਸਾਬ ਨਾਲ ਇੱਥੇ ਕਿੰਨੇ ਕੁ ਬੰਦੇ ਰੋਜ਼ ਲੰਗਰ ਛੱਡਦੇ ਨੇ? ਇੱਥੇ 8-10 ਹਜ਼ਾਰ ਬੱਚਾ ਆਉਂਦਾ ਜੀ ਸੈਟਰਡੇ ਸੰਡੇ ਨੂੰ, ਬਾਕੀ ਜਿਹੜੇ 5 ਦਿਨ ਹੁੰਦੇ ਨੇ ਉਹਦੇ 5-6 ਹਜ਼ਾਰ। ਧੰਨਵਾਦ ਜੀ। ਸਤਿਗੁਰ ਕਾ ਮਨ ਮੰਨੇ
ਸਤਿਗੁਰੂ।